ਹਾਲੇ ਸਾਰੇ ਜਣੇ ਨੂੰ ਹੋਪਫੁਲ ਕਿ ਸਾ ਠੀਕ ਠਾਕ ਹੋਵੋਗੇ। ਸਵਾਗਤ ਹੈ ਆਪਣੇ ਚੈਨਲ 'ਤੇ ਜਿਹਦਾ ਨਾਮ ਕਿ ਜਸ਼ਨ ਗਿਰ ਵਲੋਗਸ। ਅਤੇ ਅੱਜ ਦਾ ਆਪਣਾ ਵਲੋਗ ਹੈਗਾ, ਆਪਾਂ ਚੱਲੇ ਹਾਂ ਕਾਫੀ ਟਾਈਮ ਬਾਅਦ ਸਿਆਲ ਦੇ ਗਏ ਹਾਂ ਭੂਆ ਕੋਲ, ਮਤਲਬ ਇੱਕ ਭੂਆ ਮੇਰੇ ਹਜ਼ੂਰ ਸਾਹਿਬ ਰਹਿੰਦੇ ਆ, ਛੋਟੇ ਵੱਡੇ ਭੂਆ ਮੇਰੇ ਸਾਡੇ ਲਾਗੇ ਹੀ ਇੱਥੇ ਉੱਥੇ ਰਹਿੰਦੇ ਆ। ਅਤੇ ਅੱਜ ਆਪਾਂ ਉੱਥੇ ਮਿਲਣ ਚੱਲੇ ਨੇ। ਇੱਕੋ ਬੰਦ ਕਰੀ ਉਹ ਕਿਵੇਂ ਚਲਾਇਆ, ਅਤੇ ਅਸੀਂ ਕਿਹਾ ਚਲੋ ਹੋ ਆਉਂਦੇ ਹਾਂ ਕਿਉਂਕਿ ਡੈਡੀ ਦੀ ਛੁੱਟੀ ਲੱਗ ਗਈ ਥੋੜ੍ਹੀ, ਥੋੜ੍ਹੇ ਦਿਨਾਂ ਬਾਅਦ ਡੈਡੀ ਨੇ ਚੱਲ ਜਾਣਾ ਵਾ, ਅਤੇ ਕੱਲ੍ਹ ਹੀ ਨਾਨਕੇ ਵਗੈਰਾ ਹੋਏ ਸੀ, ਅਤੇ ਡੈਡੀ ਤਾਂ ਨੇਕ ਤੇ ਇੱਕ ਦਿਨ ਪਹਿਲਾਂ ਹੋਏ, ਅਤੇ ਕੱਲ੍ਹ ਮੈਂ ਤਾਂ ਨੇਕ ਵੀ ਹੋਏ, ਅਤੇ ਉਹ ਉਦੋਂ ਤਾਂ ਗਏ ਨਹੀਂ, ਅਤੇ ਡੈਡੀ ਕਹਿੰਦੇ ਚਲੋ ਇੱਕ ਵਾਰੀ ਹੋ ਆਉਂਦੇ ਹਾਂ। ਅਤੇ ਹੁਣ ਅਸੀਂ ਚੱਲੇ ਹਾਂ ਅੱਜ ਭੂਆ ਕੋਲ, ਅਤੇ ਬਾਹਰ ਮੌਸਮ ਇੰਨਾ ਜ਼ਿਆਦਾ ਠੰਡਾ ਹੋ ਗਿਆ ਪਰ ਇੰਨੀ ਜ਼ਿਆਦਾ ਗਰਮੀ ਆ ਕਿ ਕਿਤੇ ਜਾਣ ਨੂੰ ਤਾਂ ਜੀਅ ਨਹੀਂ ਕਰਦਾ। ਅਤੇ ਚਲੋ ਠੀਕ ਆ ਫਿਰ, ਇੱਦਾਂ ਚੈਨਲ 'ਤੇ ਬਣੇ ਰਹੋ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬਣੇ ਰਿਹੋ, ਅਤੇ ਮੈਨੂੰ ਸਨੈਪਚੈਟ 'ਤੇ ਜ਼ਰੂਰ ਐਡ ਕਰ ਲਿਓ ਜਸ਼ਨ ਕੌਰ 7501। ਅਤੇ ਚੱਲੀਏ ਕਿਉਂਕਿ ਡੈਡੀ ਮੇਰੀ ਆਲਰੇਡੀ ਬਾਹਰ ਖਲੋ ਗਏ, ਵਿਖਾਉਣੀ ਤੁਹਾਨੂੰ ਡੈਡੀ ਆਓ ਪਰ ਪਹਿਲਾਂ ਹੀ ਖਲੋ ਗਏ। ਮੇਰੇ ਨਾ ਜਿਹੜੇ ਹੁੰਦੇ ਨਾ ਫੌਜੀ ਬੰਦੇ ਜਿਹੜੇ ਬਾਹਰ ਰਹੇ, ਉਹਨਾਂ ਨੂੰ ਬੜੀ ਟਾਈਮ ਟੂ ਟਾਈਮ ਆਦਤ ਹੁੰਦੀ ਆ। ਚੱਲੀਏ ਛੇਤੀ ਛੇਤੀ, ਹੁਣ ਤੀ ਮੇਰੇ ਪਿੱਛੇ ਪਿੱਛੇ ਰਹੋ। ਲਾਈਟਾਂ ਨਹੀਂ ਮੈਂ ਕੋਈ ਵੀ ਜਗਾਈ, ਨਾ ਆਈ ਜਾਣਾ ਸ਼ਾਮ ਤੱਕ। ਯੋ ਕਿੱਡੀ ਦੂਰ ਖਿਲਾਰੀ ਆ, ਅੱਜ ਡਰਾਈਵਰ ਚੇਂਜ ਸਾਡਾ ਹੀਰਾ ਸਿੰਘ ਫੌਜੀ। ਹੈਲੋ, ਨਹੀਂ ਆਪਾਂ ਪਿੰਡਾਂ ਰਾਹੀਂ ਜਾਣ ਡੇ ਹਾਂ, ਪਹੁੰਚ ਗਏ ਸੀ ਅਲੋਵਾਲ। ਮੈਨੂੰ ਤਾਂ ਨੀਂਦ ਆਈ ਜਾਂਦੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਨੀਂਦ ਆਉਣ ਡਈ, ਰੋਟੀ ਖਾ ਕੇ ਹਮੇਸ਼ਾ ਨੀਂਦ ਆਉਣ ਡਈ। ਆਹ ਵੇਲਾ ਨਹੀਂ ਕਿ ਘਾਹ ਖਰਾਬ ਹੋ ਜਾਂਦਾ ਜੀ, ਆਹ ਵੇ ਬਾਹਰ ਹੈ ਕਿੱਧਰ ਕਿੱਧਰ ਦੀ ਵੇਲਾ। ਤੈਨੂੰ ਪਤਾ ਇੱਕ ਵਾਰੀ ਮੰਮੀ ਵੀ ਗੱਡੀ ਚਲਾ ਕੇ ਲੈ ਕੇ ਆਈ ਸੀ, ਅੱਜ ਡੈਡੀ ਜਦੋਂ ਚਾਚੇ ਮਕਤਾਰ ਕੋ ਸਿੱਖਦੇ ਹੁੰਦੇ ਸੀ, ਇਹ ਕਹਿੰਦੇ ਜੀ ਟਰਾਲੀ ਨੂੰ ਰੱਖ ਦੱਸਦੀ ਹੁੰਦੀ ਮੰਮੀ। ਕਿਹਨੂੰ ਚਲਾਉਣੀ ਹੁੰਦੀ? ਅੱਛਾ ਤੇ ਫਿਰ ਲੈ ਆਟੋਮੈਟਿਕ ਵਧੀਆ, ਪਰ ਕਹਿੰਦੇ ਗੇਰਾਂ ਵਾਲੀ ਸਭ ਤੋਂ ਜ਼ਿਆਦਾ ਵਧੀਆ, ਆਟੋਮੈਟਿਕ ਸੌਖੀ ਆ, ਬਸ ਫਰਕ ਇਹੀ ਆ। ਹਾਏ ਕਿੰਨੀ ਗਰਮੀ ਆ ਯਾਰ, ਕਿੱਦਾਂ ਮੇਰੇ ਘਰ ਬੈਠੀ ਨੂੰ ਤਾਂ ਲੱਖੀ ਹੁੰਦੀ ਰਹਿੰਦੀ ਆ। ਚੱਲ ਨੇ ਘਰ ਟਾਵਰ ਦੱਸ ਮੈਨੂੰ ਕਾਹਦਾ ਹੋਊਗਾ, ਮੈਂ ਮੰਨ ਜੂੰਗੀ। ਕਾਹਦਾ ਦੱਸ? ਲੈ ਲੋਏ ਦਾਣੀ ਨੇਕ। ਮੈਨੂੰ ਕੱਲ੍ਹ ਵਾਲੀ ਗੱਲ ਚੇਤਾ ਆ ਗਈ, ਉਹ ਮੈਂ ਰੋਟੀ ਖਾਣ ਤੋਂ ਬਾਅਦ ਕੀ ਕਰਦੀ ਚੇਤਾ, ਪਿੱਛੇ ਕੀ ਹਾਲ ਬਣਨ ਡਿਆ, ਘੱਟੇ ਵਾਲੀ ਫੋਗ ਆਏ ਕਿੰਨਾ ਕਰਨੇ ਤੇ। ਨੇਕ ਤੂੰ ਗੱਡੀ ਵੀ ਕਿੰਨੀ ਗੰਦੀ ਕੀਤੀ ਆ, ਉਹਦਾ ਤੂੰ ਕਿੰਨੀ ਸਾਫ਼ ਰੱਖਦਾ। ਮੈਨੂੰ ਧਵਾਉਣਾ, ਅੱਜ ਮੇਰਾ ਇਰਾਦਾ ਹੀ ਇੱਥੇ ਮਾਰਦਾ ਕੁਛ, ਤੇ ਫੇਰ ਵੇਲਾ ਕੀ ਬਣ ਗਿਆ ਜੀ। ਆਪਣੀ ਅਕਸਰ ਚ ਆਪਾਂ ਨੂੰ ਕੰਮ ਬੜੇ ਪੈਂਦੇ ਆ, ਆਪਾਂ ਜਾਂਦੇ ਹੁੰਦੇ ਰਹਿੰਦੇ ਆ ਡੈਡੀ। ਉਹ ਵੀ ਨਾਖਾਂ ਦਾ ਬਾਗ ਆ ਗਿਆ, ਇਹਦੇ ਨਾਖ ਲੱਗਦੀਆਂ ਨਾਖਾਂ, ਬਸ ਉਹ ਆ ਗਿਆ ਭੂਆ ਦਾ ਪਿੰਡ, ਪਹੁੰਚਣ ਲੱਗੇ, ਬਸ ਪਹੁੰਚ ਲੱਗੇ ਆ। ਭੂਆ ਨੇ ਜਾਂਦੇ ਨੂੰ ਪਹਿਲਾਂ ਹੀ ਗੇਟ ਖੋਲ ਕੇ ਰੱਖਿਆ, ਮਰੂਦ ਵੇ ਲੱਗੇ ਭੂਆ ਕੇ ਨੇਕ, ਮੇਰੇ ਭਾਈ ਤਰਸ ਗਈ ਖਾਣ ਨੂੰ। ਚਲੋ ਵੀ ਉਹ ਜੈਕੀ ਬੈਠਾ ਹੀ ਉਹਨਾਂ ਦਾ, ਪਹੁੰਚ ਗਏ ਫਾਈਨਲੀ। ਚਲੋ ਵੀ ਪਹੁੰਚ ਗਏ। ਆਹ ਬੜਾ ਮੁੱਦਾ ਪਾਇਆ ਮਰੂਦ, ਮਰੂਦ ਬੜਾ ਮੁੱਦਾ ਪਾਇਆ। ਬਸ ਠੀਕ ਠਾਕ ਆ ਰਹੇ ਹੋ ਜਾਂਦਾ ਚੜ ਆ ਜਾ। ਸਤਿ ਸ਼੍ਰੀ ਅਕਾਲ ਬਰਾਦੇ, ਕਾਲੇ ਦੀਆਂ ਸਾਰੀਆਂ ਵੀਡੀਓ ਫੋਟੋਆਂ ਵੇਖੀਆਂ ਇਹ ਚੁੱਤੀ ਦੇ ਪਾਪਾ ਦੀ, ਮੈਨੂੰ ਵਿਖਾ। ਚੱਲ ਆ ਜਾ, ਆ ਜਾ ਚੱਲੀਏ ਫਿਰ, ਮੈਨੂੰ ਦੱਸੋ ਕਿਹੜੀ ਕਿਹੜੀ ਗੱਡੀ ਆ। ਹਾਂ ਉਹ ਗੱਡੀ ਕਿਹਦੀ ਆ? ਉਹਨੇ ਚਾਚੂ ਦੀ, ਤੇ ਉਹ ਗੱਡੀ ਉਹ ਵੀ ਦੱਸ ਗਿਆ, ਉਹ ਗੱਡੀ ਕਿਹਦੀ ਆ?
चामने लिखे दिया चलिए पापा की गड्डी दे किदा भेने मेहंदी मेरे भी ला के दिया वेखो मेहंदी कि सोहनी लाइदी जे मैं नहीं मैं भी लवा के जानी मैं ओनी रहन दो दिन हले मैं एक ते आपा दो में बैठ गए अरे मैं आ जा मैं तेरी गड्डी ते बैठ लगी हूं सोचा की ते गड्डी पापा दी गड्डी किथे आ चला पापा दी मैं चली पापा दी गड्डी दसो ए पूरी रौनक लाई इने इधर है लाई आई तो लाइट चल गई अंदर नहीं मैंने बोलता जो लगी का विह ही सारा नान ददके पे ही नहीं सॉरी नानके नानके वाले हैं नानका मेल इतने पे अरे वो जचन पुई कह दे एक बार बह सकते आप बारी खुलती है बारी तो खुलती है पर गल कि अरे मैं बह जा गड्डी का डीजे मैं ती हाँ मैं बह जा मैं भूआ वा ना चलो मैं बिठाओ फिर बिठाओ मैं अरे वे चलो मैं दसो कि चलाई दी कि लैके दी है गड्डी मैं कह रही जिन्नी अपने घर गड्डिया हो ना ती कले कले एक जाने गड्डी जाया करो सही गल गोदी च बह जाइए फिर तुम मेरी गोदी च बह जाओ चल खोलो बारी आओ बार खराब की तू कि पेगा फिर इदा कर तू बोनट ते बैठ बोनट ते बैठ मेरा गोगली आई हाडी गड्डी आन लगी शैंपी की गड्डी पों पों चल इधर देखो चलिए हम अंदर आप चलिए अंदर हूँ आप चलो बंद करती हूँ आंदियां पूरा कुछ तैयार रखिया लवली भी तू की किया मैं ये दस इन्हों च इधर गल्लां बातां मारन दे भूआ ना इधर मेरी भैन मेरी मेहंदी लान लगी इधर दी भरी अपने नाल दी ला चल ला दे इधर दी ला घर लगा अपने बुए गाड़ी लै गए चौके की होया वा लियाओ मेरे लास्ते तेरे आस्ते कित्थे आ जाइए ट्रैक्टर ट्राली आ नहीं जाइए ट्रैक्टर ट्राली नहीं तू जशन पूरी न जाना ना बंडे
ਗੱਡੀ ਤੇ ਜਾਣਾ ਹੁਣ ਆਪਣੀ ਗੱਡੀ ਆਪਣੀ ਤੇ ਇੱਕ ਮੈਨੂੰ ਦੇ ਦੇ ਤੇਰੇ ਕੋਲ ਤੇ ਕਿੰਨੀਆਂ ਸਾਰੀਆਂ ਗੱਡੀਆਂ ਵਾ ਆਪਾਂ ਦੋਵੇਂ ਅਲੱਗ ਅਲੱਗ ਜਾਣੇ ਨਾਨਕੇ ਤੇ ਪਾਪੂ ਫੁੱਫੂ ਕੋ ਜਾਣਾ ਕਿ ਸੋਨੂ ਫੁੱਫੂ ਕੋ ਜਾਣਾ ਦੋ ਫੁੱਫੂ ਆ ਤੇਰੇ ਤਿੰਨ ਕਿਹਦੇ ਕੋ ਜਾਣਾ ਵਾ ਕਨਫਿਊਜ਼ ਆ ਹੁਣ ਹੈ ਇੱਕ ਤੇਰਾ ਸੋਨੂ ਫੁੱਫੂ ਆ ਲੈ 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 ਉਹ ਭੱਜ ਗਿਆ ਰੱਬ ਨੂੰ ਬੜਾ ਤੋ ਪਾਪੂ ਆਉਂਦਾ ਜਾਂਦੇ ਰਹਿੰਦੇ ਨਾ ਉਹਦੇ ਕਰਕੇ ਜਦੋਂ ਪਾਉਣ ਲੱਗ ਪਏ ਨਾ ਭੂਆ ਤੇ ਪਛਾਣ ਹੋ ਜਾਂਦੀ ਆ ਜਦੋਂ ਹੁਣ ਜਦੋਂ ਸੋਣਾ ਲੱਗ ਪਏ ਇਹਨੂੰ ਪਹਿਚਾਣ ਹੋਈ ਨਹੀਂ ਵੇਖਿਓ ਉਹਦੇ ਨਾਲੇ ਵੱਡਾ ਹੋ ਜਾਣਾ ਇਹਨੇ ਨਾ ਅਮਤੇਜ ਵੀ ਬੜੀ ਸੋਹਣੀ ਹੋ ਗਈ ਆ ਗੁਗਲੀ ਆ ਰਵ ਇੱਧਰ ਗੱਲਾਂ ਬਾਤਾਂ ਡੇ ਇੱਧਰ ਮਹਿੰਦੀ ਆਰਟਿਸਟ ਮੇਰੇ ਮਹਿੰਦੀ ਲਾਉਣ ਡੇ ਆ ਚੰਗੀ ਤਰ੍ਹਾਂ ਬਹਿ ਜਾ ਥੋੜ੍ਹਾ ਮੈਂ झट सियाल बड़ा औखा वा अरे मैं जावा सवाल लाते कच्चे कच्चे जे भी उपर वे कि वधिया लगे इधर मरू लै कैश कराई जा इधर मेरे मेहंदी लग गई कवल आरव मरूद कित्थे है तोड़ के दो कच्चे वाले लै कच्चे वाले कित्थे कच्चे है वाह इधर तो कैच हो ही जांदे भर दे पूआ लफाफा लून लाके खाऊं मैं पपीते भी लगदा लगदे पपीते भी लगे बड़े अपनी ਮਹਿੰਦੀ ਨਹੀਂ ਲਾਉਣ ਦਿੰਦਾ ਮਿੱਟ ਕਰ ਦੋ ਕੋਈ ਨੂੰ ਚਲਾ ਚਲਾ ਮਿੱਟ ਕਰ ਤੁਸੀਂ ਵੀ ਕਰ ਦੋ ਤੇ ਕਰ ਦੋ ਚਾ ਚਲੋ ਬਾਏ ਬਾਏ ਕਰ ਦੋ ਬਾਏ ਚੱਲੀ ਮੈਂ ਬਾਏ ਲਵਲੀ ਕਿੱਥੇ ਲਵਲੀ ਇਗਨੋਰ ਕਰ ਹੁਣ ਹੀ ਚੱਲੇ ਆਪਣੇ ਘਰ ਆਇਓ ਹੁਣ ਤਹੀਂ ਇਹ ਵਲੌਗ ਲੱਗਿਆ ਭਾਈ ਤੇ ਐਂਡ ਕਰਨ ਕਿਉਂਕਿ ਮੇਰੇ ਹੱਥਾਂ ਤੇ ਲੱਗ ਗਈ ਮਹਿੰਦੀ ਤੇ ਤੁਹਾਨੂੰ ਮਿਲਦੇ ਹੋ ਨਾ ਨੈਕਸਟ ਵਲੌਗ ਨਾਲ ਜੇ ਵਲੌਗ ਵਧੀਆ ਲੱਗ ਲੈ ਸ਼ੇਅਰ ਜ਼ਰੂਰ ਕਰ ਲਿਓ ਆਰਵ ਦੀਆਂ ਸ਼ਰਾਰਤਾਂ ਵੇਖਿਓ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਨਾਲ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਬਾਏ ਬਾਏ।